परिवार
इकट्ठा रहता है। आज वे तीन टुकड़े हो गए ने सरसा दरिया करके। आज उठे एक गुरुद्वारा है परिवार बिछोड़ा, परिवार बिछोड़े उस स्थान पे परिवार के तीन हिस्से हुए। एक बन्ने गुरु गोबिंद सिंह पातशाह की महल नाल भाई मनी सिंह ते कुछ सिख जिहड़े दिल्ली वाल पासे तुर पाए। एक बन्ने गुरु कलगीधर सच्चे पातशाह ते वड्डे साहिबजादे बाबा अजीत सिंह, बाबा जुझार सिंह ते नाल प्यारे ते 39 सिख। ਇਹ ਇੱਕ ਰਾਤ ਤੁਰੇ ਨੇ। ਇੱਕ ਦੂਜਾ ਬੰਦਾ ਰਾਹ ਉਹ ਹੈ ਜਿੱਥੇ ਬਜ਼ੁਰਗ ਮਾਤਾ ਮਤਲਬ ਗੁਜਰ ਕੌਰ ਤੇ ਉਮਰਾਂ ਦੇ ਨਾਲ ਆਏ ਹੋਏ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ। ਇਹ ਪਰਿਵਾਰ ਦੇ ਤਿੰਨ ਹਿੱਸੇ ਹੋਏ ਨੇ। ਚਮਕੌਰ ਦੀ ਗੜੀ ਵੱਲ ਤੁਰੇ ਗਏ ਕਲਗੀਧਰ ਸੱਚੇ ਪਾਤਸ਼ਾਹ। ਅੱਜ ਅਸੀਂ ਕੇਵਲ ਚਮਕੌਰ ਦਾ ਸਾਦਾ ਸਮਝਣਾ, ਸਭ ਨੂੰ ਚਮਕੌਰ ਵਾਲੇ ਪਾਸੇ ਗਏ। ਆਪ ਸਾਹਿਬਜ਼ਾਦੇ ਪਿਆਰੇ ਨਾਲ ਨੇ ਕਹਿੰਦੇ ਨੇ ਜਿਸ ਥਾਂ ਤੇ ਗੁਰੂ ਨੇ ਟਿਕਣਾ ਸੀ ਜਾ ਕੇ ਗੁਦੀ ਚੰਦ ਰਾਵਤ ਦੀ ਹਵੇਲੀ ਹੈ। ਇਹ ਗੁਰੂ ਘਰ ਦਾ ਅਨੰਤ ਸੇਵਕ ਰਿਹਾ, ਸ਼ਰਧਾਲੂ ਰਿਹਾ। ਬਕਾਇਦਾ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹ ਥਾਂ ਪਹਿਲਾਂ ਤੋਂ ਉਸਾਰੀ ਵਿੱਚ ਨਿਗਾਹ ਵਿੱਚ ਰੱਖੀ ਸੀ, ਪਹਿਲਾਂ ਧਿਆਨ ਵਿੱਚ ਰੱਖੀ ਹੈ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਇੱਕ ਜਰਨੈਲ ਹੈ, ਦੂਰ ਅੰਦੇਸ਼ੀ ਸੋਚ ਦੇ ਪਾਤਸ਼ਾਹ ਜੀ, ਬਹੁਤ ਮਹਾਨ ਆਗੂ ਨੇ। ਬੁੱਧੀ ਚੰਦ ਰਾਵਤ ਨੂੰ ਜਾ ਕੇ ਜਦੋਂ ਆਖਿਆ ਕਿ ਪਿੱਛੇ ਹਮਲਾਵਰ ਆ ਰਹੇ ਨੇ, ਬੁੱਧੀ ਚੰਦ ਨੇ ਇੱਕ ਵਾਰ ਮਨਾ ਨਹੀਂ ਕੀਤਾ, ਪਾਤਸ਼ਾਹ ਮੇਰੀ ਹਵੇਲੀ ਕਿਸ ਕੰਮ ਦੀ? ਸਤਿਗੁਰੂ ਜੀ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਧਰਮ ਵਾਸਤੇ ਜੇ ਇੱਕ ਸਿੱਖ ਨੇ ਆਪਣੇ ਘਰ ਨੂੰ ਲਾਗੂ ਲਾ ਤੇ, ਇੱਕ ਸਿੱਖ ਨੇ ਆਪਣਾ ਘਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਨੂੰ ਸੰਸਕਾਰਨ ਵਾਸਤੇ ਆਪਣਾ ਘਰ ਲੈ ਕੇ ਲਾ ਤਾ, ਪਾਤਸ਼ਾਹ ਜੀ ਮੇਰੀ ਹਵੇਲੀ ਵੀ ਇਸੇ ਕੌਮ ਵਾਸਤੇ ਲਿਖੇ ਲੱਗ ਜਾਏ। ਉੱਥੇ ਕਲਗੀਧਰ ਸੱਚੇ ਪਾਤਸ਼ਾਹ ਰੁਕੇ, ਦੋ ਫਰਜ਼ੰਦ ਸਤਿਗੁਰ ਦੇ ਨਾਲ ਤੇ ਨਾਲ ਸਿੱਖ ਨੇ ਉਸ ਥਾਂ ਤੇ ਸਤਿਗੁਰ ਟਿਕੇ। ਅੱਲਾ ਯਾਰ ਖਾਂ ਜੋ ਕੀ ਕਹਿੰਦਾ ਹੈ, ਸਤਿਗੁਰ ਦਾ ਇੱਕ ਖਿਆਲ ਕਿ ਜਿਸ ਖਿੱਤੇ ਮੇਂ ਹਮ ਕਹਤੇ ਥੇ ਆਨਾ ਯੇ ਵਹੀ ਹੈ, ਕਲ ਲੁਟ ਕੇ ਜਹਾਂ ਸੇ ਜਾਣਾ ਯੇ ਵਹੀ ਹੈ, ਇਹ ਉਹ ਥਾਂ ਹੈ ਜਿੱਥੋਂ ਕੱਲ ਅਸੀਂ ਸੁਰਖਰੂ ਹੋ ਕੇ ਜਾਣਾ ਹੈ। ਪਾਤਸ਼ਾਹ ਕਹਿੰਦੇ ਨੇ ਕਰਤਾਰ ਕੋ ਕਹਿੰਦੇ ਥੇ ਗੋਆ ਰੂਬਰੂ ਹੋ ਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ। ਇਹ ਉਹ ਚਮਕੌਰ ਦੀ ਧਰਤੀ ਹੈ ਜਿਸ ਧਰਤੀ ਬਾਬਤ ਅੱਲਾ ਯਾਰ ਖਾਂ ਜੋਗੀ ਕਹਿੰਦਾ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ। ਕਹਿੰਦਾ ਯਾਤਰਾ ਕਰਨ ਵਾਲਿਓ, ਤੁਸੀਂ ਬਹੁਤ ਯਾਤਰਾ ਕੀਤੀਆਂ ਹੋਣਗੀਆਂ, ਦੁਨੀਆਂ ਦੇ ਤਮਾਮ ਧਾਮਾਂ ਤੇ ਗਏ ਹੋਵੋ, ਤੁਸੀਂ ਹਜ ਕਾਬੇ ਗਏ ਹੋਵੋ, ਤੁਸੀਂ ਦੂਰ ਦੁਰਾਡੇ ਪੈਦਲ ਯਾਤਰਾਵਾਂ ਕੀਤੀਆਂ ਹੋਣ, ਪਰ ਕਹਿੰਦਾ ਇੱਕੋ ਇੱਕ ਧਰਤੀ ਹੈ ਦੁਨੀਆਂ ਦੇ ਵਿੱਚ, ਹਿੰਦ ਮੇਂ ਇੱਕ ਧਰਤੀ ਹੈ, ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲੀਏ। ਜਿੱਥੇ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਅੱਖਾਂ ਸਾਹਮਣੇ ਦਿੱਤੀ, ਇੱਕੋ ਇੱਕ ਧਰਤੀ ਹੈ ਜਿਹੜੀ ਖੂਨ ਨਾਲ ਲਬਰੇਜ਼ ਹੋਈ, ਔਰ ਜਿੱਥੇ ਪਿਤਾ ਨੇ ਆਪਣੇ ਪੁੱਤਰ ਕੁਰਬਾਨ ਕੀਤੇ ਤੇ ਇਹਨਾਂ ਲੋਕਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ, ਤਾਂ ਕਿ ਇੱਥੋਂ ਦੇ ਲੋਕ ਸਿਰ ਚੁੱਕ ਕੇ ਜੀ ਸਕਣ, ਇਹ ਮਾਣ ਕਰ ਸਕਣ। ਜਿਨ੍ਹਾਂ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦਾ ਚਮਕੌਰ ਦੀ ਧਰਤੀ ਤੇ ਜਦੋਂ ਜਾਓ ਤੇ ਸਿੱਖੋ ਇੱਕ ਅਹਿਸਾਸ ਕਰਿਓ, ਕਹਿੰਦਾ ਇਹ ਉਹ ਜਗ੍ਹਾ ਹੈ ਜਾਂ 40 ਤਨ ਸ਼ਹੀਦ ਹੋਏ, ਕਹਿੰਦਾ ਇਹ ਉਹ ਥਾਂ ਜਿੱਥੇ 40-40 ਤਨ ਸ਼ਹੀਦ ਹੋਏ, ਇਹ ਉਹ ਜਗ੍ਹਾ ਹੈ ਜਾਂ 40 ਤਨ ਸ਼ਹੀਦ ਹੋਏ, ਖਿਤਾਬੇ ਸਰਬਰੀ ਸਿੰਘੋਂ ਦੇ ਸਰ ਕਟਾ ਕੇ ਲੀਏ, ਕਹਿੰਦਾ ਦਲਾਈ ਪੁੱਤ ਕੋ ਸਰਬਾਜੀਓਂ ਸੇ ਸਰਦਾਰੀ ਬਰਾਏ ਕੌਮ ਯੇ ਰੁਤਬੇ ਲਹੂ ਬਹਾ ਕੇ ਲੀਏ। ਕਹਿੰਦਾ ਸਿੱਖੋ ਜਿਹੜੀ ਸਰਦਾਰੀ ਮਿਲੀ ਹੈ ਨਾ ਤੁਹਾਨੂੰ, ਜਿਹੜੀਆਂ ਸਿਰਾਂ ਤੇ ਦਸਤਾਰਾਂ ਤੇ ਕੇਸਕੀਆਂ ਸਜਾਉਂਦੇ ਹੋ, ਉਹ ਬੜੇ ਚਮਕੌਰ ਦੀ ਗੜੀ, ਇਹ ਚਮਕੌਰ ਦੀ ਉਹ ਧਰਤੀ ਹੈ ਜਿੱਥੋਂ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦਾ ਰੱਤ ਡੋਲ ਕੇ ਤੁਹਾਨੂੰ ਸਦਾ ਦੀ ਸਰਦਾਰੀ ਪਾਤਸ਼ਾਹ ਜੀ ਦੇ ਕੇ ਗਏ, ਇਹ ਉਹ ਥਾਂ ਹੈ। ਪਰ ਛੁੱਟੀ ਜੀ ਮੈਂ ਇੱਕ ਅਰਜ਼ ਨਾਮ ਕਰਾਂ, 4 ਦਿਨ ਪਹਿਲਾਂ ਦਾਸ ਬਕਾਇਦਾ ਆਪਣੀਆਂ ਦੋ ਬੱਚੀਆਂ ਨੂੰ ਨਾਲ ਪਰਿਵਾਰ ਨੂੰ ਲੈ ਕੇ ਚਮਕੌਰ ਤੇ ਸਰਹੰਦ ਹੋ ਕੇ ਆਏ, ਅਜੇ 4 ਦਿਨ ਹੀ ਹੋਏ। ਘਰ ਵਿੱਚ ਅਸੀਂ ਬੱਚਿਆਂ ਨੂੰ ਸਮਝਾਉਂਦੇ ਰਹੇ, ਪੜ੍ਹਾਉਂਦੇ ਰਹੇ, ਲਗਾਤਾਰ ਸਾਹਿਬਜ਼ਾਦਿਆਂ ਦੀ ਦਾਸਤਾਨ ਦੱਸੀ, ਉਹਨਾਂ ਨੂੰ ਕੁਝ ਅਰਸੇ ਤੋਂ ਸਮੇਂ ਤੋਂ ਸਾਹਿਬਜ਼ਾਦਿਆਂ ਬਾਬਤ ਪੜ੍ਹਾਉਂਦੇ ਆ। ਮਨ ਵਿੱਚ ਇੱਕ ਤਾਂ ਸੀ ਬੱਚਿਆਂ ਦੇ ਪਰਿਵਾਰ ਦੀ ਕਿ ਥਾਂ ਜਾ ਕੇ ਜ਼ਰੂਰ ਦੇਖੀ, ਮਹਿਸੂਸ ਤਾਂ ਕਰੀਏ ਨਾ, ਘੱਟੋ ਘੱਟ ਕੋਈ ਸਾਡੇ ਅੰਦਰ ਫੀਲਿੰਗ ਤਾਂ ਆਵੇ, ਉੱਥੇ ਇਹ ਮਹਿਸੂਸ ਕਰੀਏ ਜਾ ਕੇ। ਜਦੋਂ ਪਰਿਵਾਰ ਨਾਲ ਗਿਆ, 5 ਤੇ 3 ਸਾਲ ਦੀਆਂ ਕੇਵਲ ਬੇਟੀਆਂ ਨੇ ਦੱਸ ਦੀਆਂ, ਗੱਲ ਸਾਹਿਬਜ਼ਾਦੇ ਦੇ
प्यार चा आया उन्होंने अंदर, पर जो चमकौर की धरती से गए उत्थे जाके उन्होंने दिखाया कि बेटा इतने चार साहबजादों में वड्डे साहबजादे शहीद होए, तो बच्चे ने आख्या कि गढ़ी कित्थे है, वो गढ़ी कित्थे है। उन्होंने मेरे सवाल के वास्ते मेरे अगर कोई जवाब नहीं सी, मेरे को कितने उन्होंने गढ़ी दिखाई, कितने एहसास हो गए बच्चे, अज थान छी नहीं है। अज तुसी उत्थे जाके वेखो कतलगढ़ गुरुद्वारा साहब बने, उसके उपर गढ़ी बनी है, पर गढ़ी से तुहानू महसूस ही नहीं होता कि यह गढ़ी है, जिसे पातशाह ने कोई रणनीति बनाई, जिथे 40-40 गुरु के नाल भुखे भाड़े सिख जिन्होंने कई दिन हो गए ना मुख में पानी गया ना अन्न गया, भुखे भाड़े नींदरा भी उन्होंने पूरी नहीं, इतने उन्होंने रथ डुले है, उत्ते कुछ महसूस ही नहीं हो दिता गया। बकायदा राजस्थान का लखां का संगमरमर खरीद के इन्हों गुरुद्वारों पर बढ़ दिता गया, पर माफ करो साड़िया इतिहासिक थावां संभालिया नहीं गई कई संगमरमर लाने के नाम थावां संभालने के तरीके नहीं जो होंगे। अज भी तुम चले जाओ ना राजस्थान जितों पत्थर लिया, जितों पत्थर लेके आते हैं राजस्थान, महीने पहला जाने का मौका मिले जयपुर राजस्थान में, जितों पत्थर आता है जयपुर के किले देखे हैरानगी हुई, वह किले बादशाह के राजे के हजार साल पहला उस तरह बरकरार रखे हुए, एक हजार साल हो गए ने किले कोई मुरम्मत नहीं कुछ नहीं उस तरह खलोते ने, पर सानू ते जो हुए 300 साल ने, 300 साल केवल हुए ने। तुसी देखो किन्नी साउंड प्रूफ आज जंग चल रही है, जिदी कोई आवाज नहीं, कितना खतरनाक ये हादसा सारी कौम इस वक्त वापरने है, पर सानू नजर कोई नहीं आ रहा। उस वक्त दुश्मन सामने से दुश्मन देखता तो सी ना, अब दुश्मन नजर नहीं जी आता, उस वेले जंगा दे विच साफ नजर आता सी दुश्मन केड़ा चढ़ाई करके आया, अज दुश्मन ने भी ना साढ़े वगर पग बन ली लगता है, दुश्मन ने भी लगता है गाता उत्तों पाल है, दुश्मन ने भी कितने चोड़ा तन रहे हैं शरीर से, दुश्मन नजर नहीं आ रहे, पर अंदरों अंदर तुहाडे इतिहास को मिथिहास में बदलिया जा रहा है। अज साडे सरमाए देखो किवें लुटण वाले लोग पैदा हुए ने, साडा ही पैसा साडा ही सरमाया देखो किहड़े बंदे ला दिता गया, कौम दीआं इतनीआं महान मूंह बोलदीआं इमारतां सारिया तोड़ भन करके जितना भी इतिहास का बोलता सरवाया सी एक एक इंट दे विच साडे सिरां ते टोकरे चका के उन्हां लोकां ने नालियां विच सुटवा दित्ते, असीं अपना इतिहास टोकरियां च चुके नालियां च सुट आए, ते असीं मुड़ के आखिया जी इत्थे तां सेवा चल रही है, इह तां कार सेवा हो रही है, ओह भलिओ कैसी सेवा है कि जिथे तुहाडियां इमारतां तोड़ भन करके संगमरमर ते सोना मार दित्ता गया होवे, दुनिया के धर्म तो सिक्ख्या लैण दी लोड़ सी सानू, पर असीं ना लै सके। चमकौर की धरती बाबत अल्लाह यार खां जोगी ने बहुतात कलमां अपनियां लिखियां ने जिहड़ियां सानू महसूस करवाउंदियां ने। चमकौर की धरती ते कलगीधर पातशाह पहुंचे, सतगुरु जी ने रात सिखां दी सेवा वास्ते आप भावें सतगुरु जागदे थके ते भुखे भाड़े गुरु के नाल उन्होंने घोड़े घोड़िया दीआं काठियां ला के सराहणे बनाते, उन्हां वास्ते उत्थे बिछाई कोई नहीं। अल्लाह यार खां जोगी कहिंदा कुछ लेट गए खाक पे जी पोश बिछा कर, जी पोश कहिंदे ने घोड़िया के उत्ते जिहड़े वस्त्र पाए जांदे ने ओह काठियां ला के ना उन्होंने सराहणे बनाते, सराहणे बनाए मिट्टी उत्ते सौ गए, कुछ लेट गए खाक पे जी पोश बिछा कर, कुछ पहरा देने लगे तलवार उठाकर, कुछ ने तलवार कृपाना चुके पहरा दिता कि रात को किसे बनो भी हमला हो सकता है, पिछों हमला पर चढ़ा 10 लाख की फौज ने घेरा पाया, यह बहुवचन शब्द वरत्या गया 10 लाख तौर पर, बहुवचन जिते बहुगिनती सरकार ने फौजियों की भेजी है। पातशाह जी सारी रात उन्होंने सिखा के कितने साफे ठीक करते रहे, कितने पातशाह जी उन्होंने जख्मों देखते ने, उन्होंने सिखा तो कुर्बान जाते धन सिखी कह कह के रात गुजारते ने कलगीधर पातशाह, ते पोह दा महीना रात ठंडिया ने पातशाह जी आप घड़ी नहीं सुते, कितने दिन हुए ने, तुसी वेखो कि आखिर कितना पिछे जंगा लड़िया गई, आखिर कितना पिछे कुर्बानियां चल रही ने, जिस कौम खातर गुरु कलगीधर सच्चे पातशाह भुखे भाड़े रात गुजारते ने, अज साडी कौम
ਤੁਸੀਂ ਵੇਖੋ ਕਿਹੜੇ ਬੰਨੇ ਤੁਰੀ ਹੋਈ ਹੈ, ਕਿਹੜੇ ਪਾਸੇ ਤੁਰ ਪਈ ਹੈ। ਅਸੀਂ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਸਾਹਿਬਜ਼ਾਦਿਆਂ ਦੇ ਨਾਮ ਵੀ ਯਾਦ ਨਹੀਂ ਕਰਾ ਪਾਏ, ਸਾਹਿਬਜ਼ਾਦਿਆਂ ਦੇ ਨਾਮ ਵੀ ਚੇਤੇ ਨਹੀਂ ਕਰਾ ਪਾਏ। ਪੰਜਾਬ ਦੀ ਧਰਤੀ ਤੇ ਜਿੰਨਾ ਡੇਰੇ, ਜਿੰਨੀਆਂ ਕਬਰ ਤੇ ਬੜੀਆਂ ਤੇ ਥਾਵਾਂ ਪੀਰ ਫਕੀਰਾਂ ਦੀਆਂ ਜੋਤਸ਼ੀਆਂ ਦੀਆਂ ਬੜੀਆਂ ਨੇ, ਤੁਸੀਂ ਵੇਖੋ ਪੰਜਾਬ ਦੀ ਧਰਤੀ ਤੇ ਕਿਤੇ ਸਾਹਿਬਜ਼ਾਦਿਆਂ ਦੀ ਚਰਚਾ ਨਜ਼ਰ ਆ ਰਹੀ ਹੋਵੇ। ਆ ਰਹੀ ਕੀ ਭਲਾ? ਅਸੀਂ ਕੁਰਬਾਨੀ ਦੀ ਗੱਲ ਤੇ ਜ਼ਰੂਰ ਕਰਦੇ ਹਾਂ, ਮੈਂ ਇੱਕ ਬੇਨਤੀ ਕਰਾਂ, ਤੁਸੀਂ ਪੰਜਾਬ ਚ ਹਾਲਾਤ ਵੇਖੋ। ਅੱਜ ਸਾਨੂੰ ਚਾਹੀਦਾ ਇਹ ਸੀ ਕਿ ਸਾਡੇ ਕੌਮ ਦੇ ਆਗੂ ਨਾ ਅਕਾਲ ਤਖ਼ਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਚ ਵਿਚਾਰ ਵਾਲੇ ਆਗੂ ਸਿਰ ਜੋੜਦੇ, ਕੌਮ ਨੂੰ ਇੱਕ ਸੁਨੇਹਾ ਦਿੰਦੇ, ਇੱਕ ਪੈਗਾਮ ਦਿੰਦੇ ਕਿ ਇਹ ਚਾਰ ਪੰਜ ਦਿਨ ਦੇ ਵਿੱਚ ਜਿਹੜੇ ਚਾਰ ਸਾਹਿਬਜ਼ਾਦੇ, ਮਾਤਾ ਜੀ ਤੇ ਕਈ ਕੌਮ ਦੇ ਸ਼ਹੀਦ ਹੀਰੇ ਜਿਹੜੇ ਉਹ ਸ਼ਹੀਦ ਕੀਤੇ ਗਏ, ਪੰਜ ਦਿਨਾਂ ਦਾ ਕੇਵਲ ਵਕਫਾ ਹੈ। ਪੰਜ ਦਿਨ ਤੁਸੀਂ ਘਰਾਂ ਦੇ ਵਿੱਚ ਸਧਾਰਨ ਪ੍ਰਸ਼ਾਦਾ ਬਣਾਉਣਾ ਹੈ, ਕੇਵਲ ਘਰਾਂ ਦੇ ਵਿੱਚ ਕੋਈ ਨਾਚ ਗਾਣੇ ਨਾ ਹੋਣ, ਕੋਈ ਆਪਣੇ ਘਰਾਂ ਦੇ ਵਿੱਚ ਖੁਸ਼ੀ ਦੇ ਵਿਆਹਾਂ ਦੇ ਸਮਾਗਮ ਨਾ ਰਚੇ ਜਾਣ, ਇਹ ਪੈਗਾਮ ਹੁੰਦਾ ਕਾਲ ਤਖ਼ਤ ਤੋਂ। ਪਰ ਕਿਤੋਂ ਸੁਨੇਹਾ ਆਉਂਦਾ ਭਲਾ? ਆ ਝਾਤੀ ਮਾਰੋ, ਪਿੰਡਾਂ ਦੇ ਵਿੱਚ ਵਿਆਹ ਵੀ ਚੱਲਦੇ ਨੇ, ਇੱਕ ਬੰਨੇ ਸ਼ਹਾਦਤ ਦੇ ਦਿਨ, ਦੂਜੇ ਬੰਨੇ ਵਿਆਹ ਤੇ ਭੰਗੜੇ ਕੌਮ ਪਾ ਰਹੇ ਨੇ, ਦੂਜੇ ਬੰਨੇ ਸਿਰੇ ਲੱਗ ਰਹੇ ਨੇ, ਦੂਸਰੇ ਬੰਨੇ ਸਾਡੀ ਕੌਮ ਦੇ ਨੌਜਵਾਨ ਨਸ਼ੇ ਪੀ ਕੇ ਭੰਗੜੇ ਪਾਉਂਦੇ ਤੇ ਅਸ਼ਲੀਲ ਗਾਣੇ ਵੱਜ ਰਹੇ ਨੇ, ਉੱਥੇ ਸਾਡੀਆਂ ਧੀਆਂ ਬੱਚੀਆਂ ਨੱਚ ਰਹੀਆਂ ਨੇ, ਤੇ ਦੂਜੇ ਬੰਨੇ ਚਮਕੌਲ ਦੀ ਗੜੀ ਦੇ ਵਿੱਚ ਕਲਗੀ ਦੇ ਸੱਚੇ ਪਾਤਸ਼ਾਹ ਦੇ ਪੁੱਤ ਸ਼ਹੀਦ ਹੋ ਕੇ ਗਏ ਨੇ। 300 ਵਰੇ ਨਹੀਂ ਬੀਤੇ ਹੈ, 300 ਸਾਲ ਹੋਏ ਨੇ ਅਸੀਂ ਭੁਲਾ ਬੈਠੇ। ਪਰ ਦੂਜੇ ਬੰਨੇ ਨੂੰ, ਦੂਜੇ ਬੰਨੇ ਤੁਸੀਂ ਸਲਾਹ ਵੇਖੋ, ਅਸੀਂ ਕੁਰਬਾਨ ਜਾਈਏ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਕਿਵੇਂ ਸੰਭਾਲਿਆ। ਤੁਸੀਂ ਵੇਖੋ ਉਹਨਾਂ ਨੇ ਕਰਬਲਾ ਦਾ ਦਿਨ ਆਉਂਦਾ ਨਾ, ਜਦੋਂ ਜੇ ਤੁਹਾਡੇ ਵਿੱਚੋਂ ਕੁਝ ਵੀਰ ਭੈਣ ਭਰਾ ਪੜ੍ਹਦੇ ਹੋਣੇ ਜਿਹੜੇ ਹੋਰ ਮਤਾਂ ਬਾਰੇ, ਕਰਬਲਾ ਦਾ ਇੱਕ ਦਿਨ ਆਉਂਦਾ ਉਹਨਾਂ ਵਿੱਚ। ਇਕਬਾਲ ਇੱਕ ਕਵੀ ਹੋਇਆ, ਉਹਨੇ ਇੱਕ ਗੱਲ ਲਿਖੀ ਬੜੀ ਪਿਆਰੀ, ਉਹ ਕਹਿੰਦਾ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਜਦੋਂ ਹਰ ਸਾਲ ਕਰਬਲਾ ਦਾ ਦਿਨ ਆਉਂਦਾ ਹੈ, ਕਰਬਲਾ ਦਾ ਦਿਨ ਕੀ ਹੈ? ਇਹ ਭਾਵੇਂ ਮੇਰਾ ਵਿਸ਼ਾ ਨਹੀਂ, ਪਰ ਮੈਂ ਬੇਨਤੀ ਇਸ ਕਰਕੇ ਕਰਨ ਲੱਗਾ, ਇੱਕ ਅਹਿਸਾਸ ਸਾਨੂੰ ਜ਼ਰੂਰ ਹੋਣਾ ਚਾਹੀਦਾ ਅਸੀਂ ਅੱਜ ਕਿੱਥੇ ਆ ਕੇ ਖੜੇ, ਸਾਡੀ ਸੋਚ ਕਿੱਧਰ ਜਾ ਰਹੀ ਹੈ। ਇਸਲਾਮ ਮਤ ਵਿੱਚ ਉਹਨਾਂ ਦੇ ਪੈਗੰਬਰ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ, ਹਜ਼ਰਤ ਮੁਹੰਮਦ ਉਹਨਾਂ ਦੇ ਅੱਗੇ ਦੋਹਤੇ ਹੋਏ ਜਿਨ੍ਹਾਂ ਦਾ ਨਾਮ ਹੈ, ਜਿਹੜੇ ਇਤਿਹਾਸ ਵਿੱਚ ਹੁਸੈਨ ਕਰਕੇ ਜਾਣੇ ਗਏ, ਹਸਨ ਤੇ ਹੁਸੈਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਹੁਸੈਨ ਉਹਨਾਂ ਦਾ ਦੋਹਤਾ ਹਜ਼ਰਤ ਮੁਹੰਮਦ ਸਾਹਿਬ ਦਾ। ਉਸ ਦੋਹਤੇ ਦੀ ਉਮਰ ਹੈ 56 ਸਾਲ, ਅੱਗੇ ਉਹਦੇ ਪੁੱਤਰ 6 ਮਹੀਨੇ ਦਾ ਹੈ ਤੇ ਇੱਕ ਹੋਰ ਵੱਡਾ ਪੁੱਤਰ ਹੈ ਤੇ 2 ਭਾਂਜੇ ਨੇ। ਪਰਿਵਾਰ ਦੇ ਉਹਨਾਂ ਦੇ ਤਕਰੀਬਨ 18 ਜੀ ਯਜ਼ੀਦ ਦੇ ਲਸ਼ਕਰ ਨੇ ਇਰਾਕ ਦੇ ਇੱਕ ਸ਼ਹਿਰ ਕਰਬਲਾ ਦੇ ਮੈਦਾਨ ਦੇ ਵਿੱਚ ਘੇਰ ਕੇ ਮਾਰੇ ਸਨ। ਬਸ ਇਤਨੀ ਕੁ ਦਾਸਤਾਨ ਹੈ ਸਲਾਮਤ ਦੀ, ਜਿਹੜੀ ਮੈਂ ਸੰਖੇਪ ਤੁਹਾਡੇ ਅੱਗੇ ਰੱਖੀ ਹੈ। ਇਰਾਕ ਦਾ ਇੱਕ ਸ਼ਹਿਰ ਕਰਬਲਾ ਦੇ ਮੈਦਾਨ ਦੇ ਵਿੱਚ ਯਜ਼ੀਦ ਦੇ ਲਸ਼ਕਰ ਨੇ 18 ਪਰਿਵਾਰ ਦੇ ਜੀ, ਹਜ਼ਰਤ ਮੁਹੰਮਦ ਸਾਹਿਬ ਦੇ ਪਰਿਵਾਰ, ਉਹਨਾਂ ਦੇ ਦੋਹਤੇ ਜਿਨ੍ਹਾਂ ਵਿੱਚ ਹੁਸੈਨ ਦੀ 3 ਦਿਨ ਪਿਆਸੇ ਲਾ ਕੇ ਉਹਨਾਂ ਨੇ ਸ਼ਹੀਦੀ ਦਿੱਤੀ ਹੈ, ਉਹਨੂੰ ਬਹੁਤ ਵੱਡੀ ਇਤਿਹਾਸ ਵਿੱਚ ਸ਼ਹੀਦੀ ਮੰਨਦੇ ਨੇ ਕਿ ਹੁਸੈਨ ਦੀ ਸ਼ਹੀਦੀ ਤੇ ਉਹਦੇ ਘਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਸ਼ਹੀਦੀ ਹੁੰਦੀ ਹੈ, ਵੱਡੇ ਪੁੱਤਰ ਦੀ ਸ਼ਹੀਦੀ ਹੋਈ। ਜਦੋਂ ਕਰਬਲਾ ਦਾ ਦਿਨ ਆਉਂਦਾ ਹੈ, ਕਰਬਲਾ ਦਾ ਦਿਨ ਆਏਗਾ ਸਾਲ ਬਾਅਦ, ਤੇ ਉਹਨਾਂ ਦੇ ਪਰਿਵਾਰਾਂ ਵਿੱਚ ਉਹਨਾਂ ਦੀਆਂ ਔਰਤਾਂ, ਉਹਨਾਂ ਦੀ ਸਾਦਗੀ ਵੇਖੋ, ਉਹ ਦਿਨਾਂ ਦੇ ਵਿੱਚ ਕਿਹੋ ਜਿਹੇ ਸਾਦਗੀ ਦਾ ਲਿਬਾਜ਼ ਪਾਉਂਦੀਆਂ ਨੇ, ਜਿਹੜਾ ਲਿਬਾਜ਼ ਉਹਨਾਂ ਦਾ ਦੇਖਦਾ, ਘਰਾਂ 'ਚ ਸਾਦਗੀ ਦਾ ਪਕਵਾਨ ਬਣਦਾ, ਕੋਈ ਮਿੱਠਾ ਤੱਕ ਨਹੀਂ ਉਹ ਲੋਕ ਬਣਾਉਂਦੇ। ਉਹਨਾਂ ਦਿਨਾਂ ਦੇ ਦੌਰਾਨ 9-10 ਦਿਨ ਦਾ ਵਕਫਾ ਹੈ ਉਹਨਾਂ ਦੇ ਇਤਿਹਾਸ ਵਿੱਚ, ਜਿੱਥੇ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਨਾਚ ਗਾਣੇ, ਸ਼ਾਦੀ ਸਮਾਗਮ ਨਹੀਂ ਰਚੇ ਜਾਂਦੇ। ਜਦੋਂ ਬਕਾਇਦਾ ਉਹ ਤਾਜੀਏ ਕੱਢਦੇ ਨੇ ਨਾ, ਕਰਬਲਾ ਵਿੱਚ ਤਾਜੀ ਕੱਢਦੇ ਨੇ ਮੁਹਰਮ ਵਾਲੇ ਦਿਨ, ਤੇ ਉਹਨਾਂ ਦੇ ਬੰਦੇ ਆਪਣੀਆਂ ਛਾਤੀਆਂ ਪਿੰਡ ਪਿੰਡ ਕੇ ਲਹੂ ਲੁਹਾਨ ਆਪਣੇ ਆਪ ਨੂੰ ਕਰ ਲੈਂਦੇ ਨੇ। ਉਹ ਆਪਣਾ ਰੱਤ, ਆਪਣਾ ਖੂਨ ਮੁਹੰਮਦ ਸਾਹਿਬ ਦੇ ਜਿਹੜੇ ਨਾਸਰੇ ਹੋਏ ਨੇ, ਉਹਨਾਂ ਦੇ ਦੋਹਤੇ ਹੋਏ ਨੇ ਹੁਸੈਨ ਤੇ ਉਹਦੇ ਪਰਿਵਾਰ ਦੇ 18 ਜੀ ਨੂੰ ਆਪਣੇ ਖੂਨ ਰੱਤ ਦਾ ਬਕਾਇਦਾ ਇੱਕ ਭੇਟ ਚੜਾਉਂਦੇ ਨੇ ਹਰ ਸਾਲ, ਭਾਵੇਂ ਜਿਸ ਤਰੀਕੇ ਨਾਲ ਵੀ ਮਨਾਉਂਦੇ ਨੇ, ਜਿਸ ਤਰ੍ਹਾਂ ਵੀ ਕਰਦੇ ਨੇ, ਭਾਵੇਂ ਮਨਮਤ ਹੈ, ਗੁਰਮਤ ਹੈ, ਆਪਣੇ ਧਰਮ ਵਾਸਤੇ ਅਕੀਦਾ ਹੈ, ਭਰੋਸਾ ਹੈ ਉਹਨਾਂ ਵਿੱਚ, ਹਰ ਕਲਬਰਾ ਦੇ ਬਾਅਦ ਇਸਲਾਮ ਮਤ ਜਿਉਂਦਾ ਹੁੰਦਾ ਨਜ਼ਰ ਆਉਂਦਾ ਹੈ। ਪਰ ਆਪਣੇ ਧਰਮ ਵੱਲ ਝਾਤੀ ਮਾਰ ਕੇ ਵੇਖੋ ਭਲਾ, 300 ਵਰੇ ਨਹੀਂ ਹੋਏ, ਅੱਜ
कौम सारा कुछ भुला छे सारा अज घर साढ़े सारा कुछ चल रहे नाच गाने भी चलते ने पकवान भी चलते ने पार्टियां भी चल दिया नशे भी चलन गए सारा कुछ हो रहा है अज दुनिया किवे कवे कि असि की मान किवे कवे असि एक बन्ने चाहुंदे आ साडे परिवार दे विच नौजवान साडे बच्चे सिक्खी वल जुड़न इधर हो किदा होणगे प्रबंधक वीरां नूं भी मैं बेनती करा सदत नूं एक अर्ज है ये उलामे छड़ दो असि उलामा देने आ कि नौजवान वेखो जी मूंह मोड़ गए नौजवान इधर आ नहीं रहा पतन पुड़े वाल बैठ पड़े है नशे खाते नौजवान गुरुद्वारे नहीं बढ़ते अज भी तुसी गुरुद्वारे दे विच सर्वे करो कितने कु नौजवान आते हैं नौजवान नहीं होता असि ये सारे दवाइया पाने एक उलामा नौजवान देने एक नौजवान ते उलामा कसन वाला नहीं तो झाती मारन की लड़ है अपनी कौम के झाती मारन की लड़ है चल भी रहा है छोटे छोटे गुरुद्वारा साहबाना तो लैके सिंह सभावान तो वड़िया संस्थावान गुरुद्वारा प्रबंधक कमेटी अपाव नकद जथेदार अज कौम किस तरह लीड कर रही है किसी नौजवान कोई पढ़ाने चर्चा चल रही है भला कुछ दसिया जा रहा है सरहद बकायदा जिस वेले थले कुछ तो थले नौजवान उतरते समय उन्होंने पूछा वीर कि तुसी थले कुछ तो उतर के आ रहे हो तुहानू महसूस की होया है किन्ने वरे हो गए तुहानू इत्थे आउंदे आ कुछ तो अकीदा भरोसा बनाओ साहबजादे ते कोता तो कर्जदाई ना सी उन्हां दा कर्जा किवें लाउणा है तुहाडे सिर ते दस्तारा आलोप क्यों होईआं सिरां ते केस क्यों नहीं हैगे उन्हां बच्चिआं दे जवाब पता है की सन जिन्हां विचों माता गुजरी कॉलेज फतेहगढ़ साहब दे कुछ बच्चे सन उन्होंने जवाब दिता कहते श्रोमणी गुरुद्वारा प्रबंधक कमेटी का कॉलेज है असि दूर थोड़े तो इतने पढ़न आए हैं पर साड़िया दाड़िया इस करके कटिया ने साडा धर्म का कोई पीरियड नहीं लगता सानू धर्म नहीं जो पढ़ाया जाता सानू धर्म का कोई टीचर नहीं दिता जाता साढ़े क्यों नामा कर सानू क्यों तुसी कोसते हो सानू किने दस्या सी सरहद मत्था टेक के चले जाना है इत्थे सानू दसण दसाउण वाला दसो कौन है वेखो सलामत एक बंदे जिहड़ा प्रचार करता हर साल तैयारी करता है खैर चमकौर की धरती से पातशाह जिथे सिखां की सेवा रात भर करते रहे सवेर का दिन चढ़िया अल्लाह यार खां जोगी कहिंदा है पातशाह जी ने पांच पांच के जथे बनाए एक गुरु पातशाह जी की जरनैली सोच है सब कुछ चाहते थे चाली के चाली भेज दिते दस लाख फौज को टकराने लिए चाली नहीं पांच पांच के जथे बनाए पातशाह ने आ उहदा कारण फौज को दस लाख में भुलेखा लवे कि पंज पंज करके बारी बारी आते ने गली में पता नहीं कितने कु सिख ने एक जरनैली सोच एक फौज की रणनीति होंगी है सतगुर ने पांच पांच जथे बनाए ने पंजा विच सब तो पहला वड्डे साहिबजादे बाबा अजीत सिंह साहिबजादा अजीत सिंह एक जथे का मुखी तौर बना के सतगुर जी ने जथा तोड़िया बाबा अजीत सिंह पातशाह ने आप तैयार करके 19 साल की जिन्हों की उम्र है अज असी सोचते